ਮਤਲਬ ਮੰਗਣੀ ਹੋਈ ਤਾਂ ਇਹਨੇ ਮੈਨੂੰ ਕਿਹਾ ਪੁੱਛਿਆ ਵਿਆਹ ਕਰਨਾ ਤਾਂ ਸਾਰਾ ਕੁਛ ਇਸਟੈਬਲਿਸ਼ ਹੋ ਗਿਆ ਮੀਡੀਆ ਦੇ ਵਿੱਚ ਸੋਸਾਇਟੀ ਦੇ ਵਿੱਚ ਤਾਂ ਉਹ ਵੀ ਸਾਡੀ ਹੋਕੀ ਫੈਮਿਲੀ ਦੇ ਵਿੱਚ ਹੈ ਜੋ ਹੁਣ ਇਹਨੇ ਮੇਰੇ ਨਾਲ ਕੀਤਾ ਮਤਲਬ ਮੈਨੂੰ ਮਾਰ ਕੁੱਟ ਕੀਤੀ ਹੈ ਵਾਰ ਵਾਰ ਤਾਂ ਪਿੰਡ ਲੈ ਕੇ ਆਇਆ ਤਾਂ ਸਾਰਿਆਂ ਨੂੰ ਬਿਤਾਇਆ ਮੇਰੇ ਮੰਗਿੱਤਰ ਹੈ ਹੁਣ ਇਹ ਵੀ ਉਹਨੂੰ ਸੋਚਣਾ ਚਾਹੀਦਾ ਹੈ ਕੁੜੀ ਦਾ ਲਾਈਫ ਇਹਨੇ ਕੀ ਕੀਤਾ ਮੇਰਾ ਬੁਰਾ ਹਾਲ ਕੀਤਾ ਪਿਆ ਇਹਨੇ ਨਾ ਸੌ ਸਕਦੇ ਨਾ ਤੁਸੀਂ ਕੁਛ ਕਰ ਸਕਦੇ ਹੋ ਮੈਂ ਆਪ ਤਾਂ ਗੇਮ ਖੇਡਦੀ ਹਾਂ ਧਿਆਨ ਤਾਂ ਇੱਧਰ ਹੁੰਦਾ ਤਾਂ ਹੀ ਮੈਂ ਹੁਣ ਇੰਡੀਆ ਆ ਕੇ ਰੁਕੀ ਹਾਂ ਤਾਂ ਮੈਨੂੰ ਮੈਂ ਜਾਣਾ ਨਹੀਂ ਵਾਪਸ ਜਦ ਤੱਕ ਮੈਨੂੰ ਜਸਟਿਸ ਨਹੀਂ ਮਿਲੀ ਤਾਂ ਉਹਨੂੰ ਵੀ ਮਤਲਬ ਹੋਕੀ ਇੰਡੀਆ ਨੂੰ ਵੀ ਥੋੜ੍ਹੀ ਸ਼ਰਮ ਹੋਣੀ ਚਾਹੀਦੀ ਹੈ ਤਾਂ ਇੱਕ ਕੁੜੀ ਹੈ ਉਹਨਾਂ ਦੀ ਆਪ ਦੀ ਹੋਕੀ ਟੀਮ ਹੈਗੀ ਹੈ ਤਾਂ ਜੇ ਉਹਨੇ ਆਪਣੀ ਕੋਈ ਪਲੇਅਰ ਨਾਲ ਇੱਦਾਂ ਹੋਇਆ ਉਹ ਕੀ ਸੋਚੂਗੇ ਤਾਂ ਉਹ ਕੀ ਕਰੂਗੇ ਤਾਂ ਉਹ ਕੋਈ ਸਟਾਂਸ ਨਹੀਂ ਲਊਗੇ ਕੁੜੀਆਂ ਦੇ ਵਾਸਤੇ ਤਾਂ ਜਦੋਂ ਉਹਨਾਂ ਦੇ ਅੱਖਾਂ ਦੇ ਮੂਹਰੇ ਸਭ ਕੁਛ ਹੋਇਆ ਤਾਂ ਪ੍ਰੈਜ਼ੀਡੈਂਟ ਤਾਂ ਚੀਫ ਐਗਜ਼ੈਕਟਿਵ ਤਾਂ ਕੋਚਾਂ ਨੂੰ ਸਭ ਪਤਾ ਸਰਦਾਰਾ ਦਾ ਰਿਲੇਸ਼ਨ ਸੀ ਮੇਰੇ ਨਾਲ ਤਾਂ ਮੈਂ ਜੋ ਇੱਕ ਕੁੜੀ ਨਹੀਂ ਸੀ ਮੈਂ ਉਹਦੀ ਮੰਗੇਤਰ ਸੀ ਤਾਂ ਆਹ ਕੋਈ ਵਧੀਆ ਗੱਲ ਨਹੀਂ ਜੋ ਇਹ ਕਰ ਰਿਹਾ ਪਰੂਫ ਤਾਂ ਮੇਰੇ ਕੋਲ ਬਥੇਰੇ ਪਏ ਨੇ ਮੇਰੇ ਕੋਲ ਸੌ ਸੌ ਪਰੂਫ ਨੇ ਲੱਖ ਲੱਖ ਪਰੂਫ ਨੇ ਆਹ ਤਾਂ 1% ਹੀ ਆ ਜੋ ਮੇਰੇ ਕੋਲ ਹੈਗਾ ਪਰ ਟਾਈਮ ਦੇ ਨਾਲ ਮੈਂ ਸਾਰਾ ਕੁਛ ਦਿਖਾ ਸਕਦੀ ਹਾਂ ਜਦੋਂ ਲੋੜ ਹੈ ਪਰ ਇੰਨੇ ਤੋਂ ਇੰਨੀਆਂ ਫੋਟੋਆਂ ਤੋਂ ਤਾਂ ਇੰਨਾ ਵੀਡੀਓ ਤੋਂ ਤਾਂ ਜੋ ਉਹਨੇ ਆਪ ਕਿਹਾ ਤਾਂ ਜੋ ਤੁਹਾਨੂੰ ਸਭ ਪਤਾ ਮੈਂ ਇੱਕ ਕੁੜੀ ਨਹੀਂ ਹੈਗੀ ਮੈਂ ਸਰਦਾਰ ਦੀ ਮੰਗੇਤਰ ਹਾਂ ਆਈ ਮੈਂ ਦੱਸਣਾ ਚਾਹੁੰਦੀ ਹਾਂ ਤਾਂ ਮੈਂ ਕੋਈ ਝੂਠ ਨਹੀਂ ਮਾਰਦੀ ਮੇਰੀ ਗੱਲ ਜ਼ਰੂਰ ਸੱਚੀ ਹੈ ਤਾਂ ਮੈਂ ਇੰਨਾ ਪਾਗਲ ਨਹੀਂ ਹੈਗੀ ਮੇਰੇ ਆਪ ਦੇ ਫੈਮਿਲੀ ਹੈਗੀ ਆ ਮੈਂ ਕੰਟਰੀ ਨੂੰ ਰੈਪ੍ਰਜੈਂਟ ਕਰਦੀ ਹਾਂ ਬਾਹਰ ਆਉਣਾ ਬਾਹਰ ਮਤਲਬ ਗੱਲ ਕਰਨ ਨੂੰ ਬਹੁਤ ਔਖਾ ਹੁੰਦਾ ਫੀਲ ਤਾਂ ਕੋਈ ਸੌਖੀ ਚੀਜ਼ ਨਹੀਂ ਹੈਗੀ ਬਿਲਕੁਲ ਵੀ ਨਹੀਂ ਤਾਂ ਆਈ ਐਮ ਐਨ ਐਨਆਰਆਈ ਬਟ ਆਈ ਐਮ ਆਲਸੋ ਪਰਸਨ ਆਫ ਓਰੀਜਿਨ ਇੰਡੀਅਨ ਓਰੀਜਿਨ ਤਾਂ ਮੈਂ ਜਿੱਥੇ ਮਰਜ਼ੀ ਕੰਪਲੇਂਟ ਪਾ ਸਕਦੀ ਹਾਂ ਤਾਂ ਲੁਧਿਆਣਾ ਮੈਂ ਪਾਇਆ ਬਿਕੋਜ਼ ਉੱਥੇ ਮੈਂ ਗਈ ਸੀਗੀ ਤਾਂ ਅਸੀਂ ਰਾਤ ਰੁਕੇ ਸੀਗੇ 15 ਦਿਨ ਪਹਿਲੇ ਮੇਰੇ ਕੋਲ ਮੈਸੇਜ ਆਇਆ ਕਿ ਆਪ ਬਹੁਤ ਅੱਛੇ ਪਲੇਅਰ ਹੋ ਤੋ ਉਸਕੇ ਬਾਅਦ ਜਦ ਮੈਂ ਉੱਧਰ ਗਿਆ ਮੈਸੇਜ ਪੇ ਬਾਤ ਸ਼ੁਰੂ ਹੋਈ ਉਹਨਾਂ ਨੇ ਬੋਲਿਆ ਕਿ ਐਸੇ ਐਸੇ ਹਮੇ ਜੀ ਕਿਤਨੀ ਮਿਲ ਗਈ ਮੇਰੀ ਫੈਮਿਲੀ ਕੋ ਵੀ ਉਸਦੀ ਫੈਮਿਲੀ ਵੀ ਹੋਕੀ ਪਲੇਅਰ ਹੈ ਸਾਰੇ ਔਰ ਮੈਨੇ ਬੋਲਿਆ ਚਲੋ ਮੈਂ ਰੀਚ ਕਰ ਦੂੰਗਾ ਸ਼ੇਅਰ ਕਰ ਦਿਓ ਫਿਰ ਬਸ ਨੋਰਮਲ ਬਾਤਾਂ ਹੋਈ ਐਜ ਏ ਫਰੈਂਡ ਫਿਰ ਉਹਨਾਂ ਨੇ ਬੋਲਿਆ ਕਿ ਮੈਂ ਮੈਚ ਦੇਖਣਾ ਚਾਹੁੰਦਾ ਆਪਣੇ ਫੈਮਿਲੀ ਕੋ ਸਾਥ ਤੋ ਹਮਾਰੀ ਗੇਮ ਸੀ ਨਿਊਜ਼ੀਲੈਂਡ ਕੇ ਸਾਥ ਤੋ ਮੈਨੇ ਟਿਕਟ ਆਪਣੇ ਮੈਨੇਜਰ ਕੋ ਬੋਲ ਕੇ ਰੀਚ ਕਰਵਾਈ ਉਸਕੇ ਬਾਅਦ ਨੌਕਰੀ ਕੇ ਟਾਈਮ ਮੈਂ ਬਿਲਕੁਲ ਨਹੀਂ ਉਨਕੋ ਮਿਲਾ ਫਿਰ ਉਸਕੇ ਬਾਅਦ ਹਮਾਰੀ ਬੜੀ ਫਾਈਟ ਹੋਈ ਫਿਰ ਦੁਬਾਰਾ ਬਾਤ ਹੋਈ ਕਿ ਫੈਮਿਲੀ ਕੋ ਮਿਲਾ ਤੋ ਬਸ ਧੀਰੇ ਧੀਰੇ ਫਿਰ ਅਸੀਂ ਅਸੀਂ ਬਿਲਕੁਲ ਨਹੀਂ ਬਸ ਜੇ ਮੇਰਾ ਖੇਲਣੇ ਕਾ ਟਾਈਮ ਹੈ ਕਿਉਂਕਿ ਇਹ ਟਾਈਮ ਬਾਰ ਬਾਰ ਨਹੀਂ ਆਏਗਾ ਸ਼ਾਇਦ ਆਪ ਕਦੀ ਵੀ ਕਰਵਾ ਸਕਦੇ ਹੋ ਕਿਉਂਕਿ ਸਟਰੈਂਥ ਟੈਸਟ ਹੀ ਹੈ ਮੈਂ ਤੋ ਮੇਰਾ ਟਾਰਗੇਟ ਆ ਵੀ ਓਲੰਪਿਕ ਕੇ ਬਾਅਦ ਕਿਉਂਕਿ ਟੀਮ ਆ असल में क्या है कि ये बात मतलब जैसे थोड़े थोड़े पोर्शन में तो सबको पता है लेकिन डिटेल में ये किसी को नहीं पता थी आज भी वे जो है वो डिटेल में अभी उन्होंने नहीं बताया लेकिन 1% 2% जो भी बातें उन्होंने बताई हैं विद द एविडेंस शी हैज़ थाउजेंड्स एंड थाउजेंड्स उनके पास उसकी प्रूफ है कि इन्होंने मेरे साथ जो है एंगेजमेंट करी और थ्रू आउट द वर्ल्ड जो है वो एज ए फियांसी उनको इंट्रोड्यूस करवाया देवर मतलब जो सोसाइटी में सबके सामने एक दूसरे के साथ जो है वो एंगेज्ड कपल के तौर पे इंट्रोड्यूस होते थे और लोगों में जाके बातचीत करते थे।